ਬੜੀ ਕੈਂਡਫਿਲ ਮਾਰੀ ਐ 3 ਸਤੰਬਰ ਨੂੰ ਉੱਚਾ ਪਹੁੰਚ ਜਿੱਤੀ ਕਾਸਟ ਮੇਰੇ ਨਾਲ ਆ ਪੂਨਮ ਸੂਤ ਤੇ ਨਵਦੀਪ ਕਲੇਰ ਇਹਨਾਂ ਨਾਲ ਖਾਸ ਗੱਲਬਾਤ ਕਰਦੇ ਆ ਕਿ ਮੂਵੀ ਚ ਹੋਰ ਕੀ ਕੀ ਇੰਟਰਸਟਿੰਗ ਐ ਹੋਰ ਜਿਹੜਾ ਆਡੀਅנס ਨੂੰ ਇੰਟਰੈਕਟ ਕਰੇਗਾ ਤੁਹਾਡਾ ਬਹੁਤ ਬਹੁਤ ਸਵਾਗਤ ਐ ਥੈਂਕ ਯੂ ਜੀ ਥੈਂਕ ਯੂ so much ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਬੁਲਾ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਔਰ ਸਾਡੀ ਪੂਰੀ ਟੀਮ ਵੱਲੋਂ ਇਸ ਮੂਵੀ ਚ ਖਾਸ ਇਹ ਹੈ ਕਿ ਤੁਹਾਨੂੰ ਹਰ ਚੀਜ਼ ਦੇਖਣ ਨੂੰ ਮਿਲੇਗੀ ਰੋਮਾਂਸ ਦੇਖਣ ਨੂੰ ਮਿਲੇਗਾ ਐਕਸ਼ਨ ਦੇਖਣ ਨੂੰ ਮਿਲੇਗਾ ਕਾਮੇਡੀ ਦੇਖਣ ਨੂੰ ਮਿਲੇਗੀ ਔਰ ਜਾਨੀ ਕਿ ਜੋ ਤੁਸੀਂ ਆਪਣੀ ਜ਼ਿੰਦਗੀ ਚ ਨੋ ਰਸ ਜਿਹੜੇ ਤੁਹਾਡੀ ਜ਼ਿੰਦਗੀ ਚ ਹੁੰਦੇ ਨੇ ਉਹ ਤੁਹਾਨੂੰ ਸਾਰੇ ਮਿਲਣਗੇ ਬਿਲਕੁਲ ਬਹੁਤ ਸਹੀ ਕਿਹਾ ਇਹੀ ਹਾਂ ਜਾਓਗੇ ਇਹੀ ਸੇਮ ਡਿੱਟੋ ਇਹ ਸਾਰੇ ਰਸਤਿਆਂ ਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਟ੍ਰੇਲਰ ਤੁਸੀਂ ਦੇਖਿਆ ਜੇ ਤੁਹਾਨੂੰ ਲੱਗਿਆ ਪਤਾ ਲੱਗਿਆ ਹੋਗਾ ਵੀ ਉਹਦੇ ਚ ਇਹ ਕਿਹਾ ਜਾ ਸਕਦਾ ਹੈ ਇਸ ਫਿਲਮ ਤੋਂ ਬਾਅਦ ਰਣਵੀਰ ਸਿੰਘ ਤੇ ਦੀਪਿਕਾ ਵਾਲਾ ਟੈਗਲਾਈਨ ਮਿਲਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਐਸਾ ਲੱਗਦਾ ਕਿ ਸਾਨੂੰ ਕਹਿ ਰਹੇ ਨੇ ਲੋਕ ਉਦਾਂ ਕਿਸੇ ਅੱਛੀ ਉਹਦੇ ਹਿੱਟ ਚੀਜ਼ ਨਾਲ ਕੰਪੇਅਰ ਕੀਤਾ ਜਾਂਦਾ ਹੈਗਾ ਅ ਬਰ ਚਲੋ ਇਹ ਪੂਨਮ ਤੇ ਨਵਦੀਪ ਨੇਗੇ ਉਹ ਦੀਪਕਰਨਵੀਰ ਨੇ ਦੇਖਦੇ ਆ ਪੱਕੀ ਤੁਹਾਡਾ ਦਰਸ਼ਕਾਂ ਦਾ ਪਿਆਰ ਕਿਵੇਂ ਮਿਲਦਾ ਸਾਨੂੰ ਤੁਸੀਂ ਕੀ ਕਹਣਾ ਅ ਡੈਫੀਨਿਟਲੀ ਕਿਉਂਕਿ ਸਾਨੂੰ ਜਿੱਦਾਂ ਹੁਣ ਕਮੈਂਟ ਆ ਰਹੇ ਨੇ ਜਾਂ ਲੋਕੀ ਸ਼ੇਅਰਿੰਗ ਕਰ ਰਹੇ ਨੇ ਲੋਕੀ ਕਹਿ ਰਹੇ ਨੇ ਕਿ ਨਾ ਸਾਨੂੰ ਲੱਗਦਾ ਕੁਝ ਕਮਾਲ ਹੋਏਗਾ ਤੇ ਜੇ ਸਾਨੂੰ ਇਹ ਜੋੜੀ ਕਮਾਲ ਲੱਗੀ ਤਾਂਸੀਂ ਇਹਨਾਂ ਨੂੰ ਫਿਰ ਵਾਪਸ ਦੇਖਣਾ ਚਾਹਾਂਗੇ ਤੇ ਜਿੱਦਾਂ ਬਾਲੀਵੁੱਡ ਦਾ ਕੋਈ ਐਕਟਰ ਆਉਂਦਾ ਫਿਲਮ ਵਿੱਚ ਬਹੁਤ ਇੰਪੈਕਟ ਪੈਂਦਾ ਮੁਕੁਲਦੇਵ ਬਾਲੀਵੁੱਡ ਤੇ ਨੇ ਹਾਲਾਕੀ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਕੀ ਕਹਿਣਾ ਚਾਹੋਗੇ ਉਹਨਾਂ ਦਾ ਐਕਸਪੀਰੀਅੰਸ ਵਾ ਇਸ ਕਿੱਦਾਂ ਰਿਹਾ ਬਹੁਤ ਵਧੀਆ ਰਿਹਾ ਬਹੁਤ ਹੀ ਨਾਈਸ ਨੇ ਬਹੁਤ ਜ਼ਿਆਦਾ ਉਹਨਾਂ ਨੇ ਜਿੰਨਾ ਉਹਨਾਂ ਦਾ ਕੰਮ ਸੀ ਬਹੁਤ ਹੀ ਡੈਡੀਕੇਸ਼ਨ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਆਪਦਾ ਕੰਮ ਕੀਤਾ ਕਿਤੇ ਸਾਡੇ ਨਾਲ ਬਹੁਤ ਵਧੀਆ ਫ੍ਰੈਂਡਲੀ ਸੀਗੇ ਉਹ ਕੋਈ ਐਦਾਂ ਦਾ ਹੋ ਨਹੀਂ ਹੈਗਾ ਕਿਉਂਕਿ ਉਹ ਕੈਰੈਕਟਰ ਦੀ ਡਿਮਾਂਡ ਸੀ ਉਹਦਾਂ ਦਾ ਤਾਂ ਉਹਨਾਂ ਨੂੰ ਅਸੀਂ ਸਾਡੇ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਨੇ ਸਾਈਨ ਕੀਤਾ ਸੀਗਾ ਤਾਂ ਬਹੁਤ ਅੱਛਾ ਰਿਹਾ ਐਕਸਪੀਰੀਅੰਸ ਉਹਨਾਂ ਦਾ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਕੀ ਰਹੀ ਹੈ ਮ ਕਿ ਸਾਡਾ ਇੱਕ ਸੀਨ ਹੈਗਾ ਜਿ세 ਮੈਂ ਪਿਸਟਲ ਚੱਕੀ ਹੋਈ ਤੁਸੀਂ ਲਾਸਟ ਦੇਖਿਆ ਹੋ ਨਾ ਔਰ ਅਸੀਂ 3 ਦਿਨ ਸ਼ੂਟ ਕੀਤਾ ਉਹਨੂੰ ਹਾਂ ਔਰ ਜਿ세 ਅਸੀਂ ਦੋਨੇ ਸੁੱਤੇ ਹੀ ਨਹੀਂ ਸੀਗੇ ਔਰ ਅੱਖਾਂ ਇਹੋ ਜਿਹੀ ਹੋ ਗਿਆ ਸੀਗੀਆਂ ਤੇ ਕਿਉਂਕਿ ਉਹ ਸੀਨ ਦਾ ਸੀ ਅਸੀਂ ਦੱਸਾਂਗੇ ਨਹੀਂ ਸੀਨ ਦੀ ਡਿਮਾਂਡ ਸੀਗੀ ਪਰ ਉਹ ਇੱਕਦਮ ਸੀਨ ਦਾ ਸੀਕੁਐਂਸ ਬਣਿਆ ਕਿ ਆਪਾਂ ਨੂੰ ਸੀਨ ਇਹ ਕਰਨਾ ਚਾਹੀਦਾ ਇਸ ਟਾਈਮ ਤੇ ਦੈਨ ਕਿ ਇਹਦੀ ਵਾਕਈ ਰਿਕੁਆਇਰਮੈਂਟ ਸੀ ਔਰ ਸਾਡਾ ਉਹ ਸੀਨ ਇਹੋ ਜਿਹਾ ਸੀ ਨਾ ਜਿਹਦੀ 1 ਟੇਕ ਇੱਕੋ ਹੀ ਸੀਨ ਲੱਗਿਆ ਹੋਇਆ ਔਰ ਬਹੁਤ ਹੀ ਅੱਛਾ ਸੀਨ ਲੱਗਿਆ ਹੋਇਆ ਕੋਰੋਨਾ ਵਰਗੀ ਮਹਾਮਾਰੀ ਨੇ ਦੇਸ਼ ਪਰ ਨੂੰ ਬਹੁਤ ਕੁਝ ਸਿਖਾ ਦਿੱਤਾ ਲੋਕ ਐ ਕਿ ਹੁਣ ਥੀਏਟਰ ਮੋਡ ਤੋਂ ਖੁੱਲ ਚੁੱਕੇ ਨੇ ਨਾ ਸਾਰਾ ਕੁਝ ਵਾਪਸ ਆ ਰਿਹਾ ਕੀ ਕਹਿਣਾ ਚਾਹੋਗੇ ਕਿੰਦਾ ਮਹਿਸੂਸ ਕਰ ਰਹੇ ਹੋ ਦੇਖੋ ਜਦੋਂ ਕਹਿੰਦੇ ਨੇ ਉਹੀ ਗੱਲ ਹੈ ਵੀ ਇੰਨਾ ਚਿਰ ਆਪਾਂ ਘਰੇ ਸਾਰੇ ਜਾਣੇ ਰਹਾਂਗੇ ਲੋਕਡਾਊਨ ਦੇ ਵਿੱਚ ਤਾਂ ਉਦੋਂ ਬਾਅਦ ਜਿਹੜੇ ਸਾਡੇ ਕੰਮ ਨੇ ਜਾਂ ਅਸੀਂ ਉੱਥੇ ਹੁਣ ਪਹੁੰਚ ਰਹੇ ਹਾਂ ਸਿਨੇਮਾ ਖੁੱਲ ਰਹੇ ਨੇ ਐਂਟਰਟੇਨਮੈਂਟ ਦੁਬਾਰਾ ਸਾਡੀ ਜ਼ਿੰਦਗੀ ਚ ਆ ਰਿਹਾ ਹੈਗਾ ਤਾਂ ਚੰਗਾ ਲੱਗ ਰਿਹਾ ਬਹੁਤ ਮੈਨੂੰ ਲੱਗਦਾ ਹਰ ਬੰਦੇ ਨੂੰ ਵਧੀਆ ਲੱਗ ਰਿਹਾ ਹੋਵੇ ਇਸ ਟਾਈਮ ਤਾਂ ਘਰੇ ਬੈਠੇ ਬੈਠੇ ਸਾਰੇ ਬੋਰ ਹੋ ਚੁੱਕੇ ਨੇ ਤਾਂ ਇੰਡਸਟਰੀ ਹੈ ਸਾਰੇ ਕੰਮ ਚੱਲ ਰਹੇ ਨੇ في ਆਰਟਿਸਟਾਂ ਨੇ ਸੁਸਾਇਡ ਵੀ ਕੀਤੀ ਆ ਇਸ ਟਾਈਮ ਨੂੰ ਲੈ ਕੇ ਕਿਉਂਕਿ ਇੱਕ ਆਰਟਿਸਟ ਦੇ ਖਰਚੇ ਬਹੁਤ ਹੁੰਦੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਲਾ ਕੋਈ ਨਹੀਂ ਹੁੰਦਾ ਸਾਡੇ ਜਿੰਨੇ ਵੀ ਲਾਈਟਮੈਨ ਨੇ ਜਾਂ ਫਿਰ ਜਿੰਨੇ ਵੀ ਸਾਡੇ ਨਾਲ ਸਪੋਰਟ ਬਾਇਲ ਕਿਉਂਕਿ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਸੀਗਾ ਔਰ ਸ਼ਾਇਦ ਉਹਨਾਂ ਦੀ ਕਿਸੇ ਨੇ ਮਦਦ ਵੀ ਨਹੀਂ ਕੀਤੀ ਔਰ ਫਿਲਮ ਇੰਡਸਟਰੀ ਦੇ ਜਿੰਨੇ ਦਿਗਜ ਵੀ ਸੀਗੇ ਸਾਰਿਆਂ ਨੇ ਕੁਝ ਨਾ ਕੁਝ ਹੈਲਪ ਜ਼ਰੂਰ ਕੀਤੀ ਜਿੰਨਾਂ ਦਾ ਕਿਸੇ ਤੋਂ ਹੋ ਪਾਇਆ ਪਰ ਅੱਜ ਇੰਨੀ ਕੀ ਖੁਸ਼ੀ ਹੋ ਰਹੀ ਹੈ ਕਿਉਂਕਿ ਵਾਪਸ ਕਿਉਂਕਿ ਇੱਕ ਯੂਨਿਟ ਤੇ 200 ਬੰਦਾ ਤਾਂ ਹੁੰਦਾ ਹੀ ਤਕਰੀਬਨ ਕੰਮ ਕਰਦਾ ਔਰ ਉਹਨਾਂ ਦੀ ਰੋਜੀ ਰੋਟੀ ਵ ਖੁਸ਼ੀ ਗਿਨੂ ਨਹੀਂ ਹੋਗੇ ਅੱਛਾ ਇੱਕ ਟਾਸਕ ਦਿੰਨਾ ਛੋਟਾ ਰੋਮਾਂਟਿਕ ਜਿਹੜਾ ਸੀਨ ਹੈ ਤੇ ਤੈਨੂੰ ਪੰਜ ਅਲੱਗ ਅਲੱਗ ਤਰੀਕੇ ਚ ਕਰੋ ਸੈਡ ਐਕਸਾਈਟਡ ਐਂਡ ਐਕਚੁਅਲੀ ਇਹ ਆਪਾਂ ਮੈਂ ਕਹਿੰਦਾ ਤੇ ਇਹਨਾਂ ਤਰੀਕੇ ਤੋਂ ਬਾਅਦ ਕਰੇ ਤੇ ਜ਼ਿਆਦਾ ਵਧੀਆ ਲੱਗੂਗਾ ਹੁਣ ਇਹ ਹੁਣੇ ਬੰਦ ਕਿਉਂਕਿ ਨਾ ਤੁਹਾਨੂੰ ਉਹਦੇ ਚ ਪੰਜ ਕਿਰਨ ਨੂੰ 10 ਤਰ੍ਹਾਂ ਕਿਉਂਕਿ ਜੇ ਅਸੀਂ ਹੁਣ ਥੋੜਾ ਜਿਹਾ ਉਹ ਕਰ ਤਾ ਅਬਦਾ ਸੀਨ ਦੱਸਤਾ ਤਾਂ ਉਹ ਜਿਹੜਾ ਫਿਲਮ ਦੇ ਵਿੱਚ ਨੇ ਬਾਹਰ ਕੀ ਡਿਮਾਂਡ ਆ ਥੋੜਾ ਤਾਂ ਕਰਨਾ ਪਏ ਕੋਈ ਦੇਖੋ ਪੰਜ ਸੇ ਬਹੁਤ ਜ਼ਿਆਦਾ ਹੋ ਜਾਣਗੇ ਮਿਲਦਾ ਹੈ ਇੱਕ ਇੱਕ ਕਰ ਦੋ ਇੱਕ ਐਸ ਯੂ ਰਿਸ਼ ਮੈਂ ਤੂੰ ਬੰਦਾ ਕੀ ਗੱਲ ਦੱਸੀ ਹੋਗੀ ਬੱਸ ਥੋੜੀ ਫੇਵਰਟ ਨਹੀਂ ਕਿ ਲੱਸੀ ਵੀ ਹੈ ਨਾ 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 ਐਕਚੁਅਲੀ ਜਿਹੜਾ ਉਹ ਕਰੈਕਟਰ ਹੈ ਨਾ ਉਹ ਕਦੇ ਕਦੇ ਵਿਚਾਰਾ ਚੁੱਪ ਵੀ ਕਰ ਜਾਂਦਾ ਵੀ ਹੁਣ ਜਿਵੇਂ ਇੱਕ ਡਾਇਲੌਗ ਦੀ ਹੈਗਾ ਤੇ ਹੋਰ ਬਲੂ 10 ਬੋਲੂਗੀ ਉਹ ਉਹ ਕਰੈਕਟਰ ਹੀ ਹੈ ਜਦੋਂ ਮੈਂ ਜੋ ਕਹਿੰਦਾ ਤੁਹਾਡਾ ਕੰਨ ਖਿੱਚਿਆ ਕੰਨ ਖਿੱਚਿਆ ਕੋਈ ਨਹੀਂ ਮੈਂ ਤਾਂ ਮਾਫੀ ਮੰਗੂਗਾ ਕੋਈ ਗੱਲ ਨਹੀਂ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਪਤਾ ਜੇ ਮਾਫੀ ਨਾ ਮੰਗੀ ਤੋਨੇ ਫੇਰ ਟਕਾ ਦੇਣੀ ਹੈ ਇਹ ਕਰੈਕਟਰ ਹੈ ਨਾ ਜਿਹੜਾ ਨਿੰਮੋ ਦਾ ਫਿਲਮ ਦੇ ਵਿੱਚ ਬਹੁਤ ਇਦਾਂ ਦੇ ਹੈਗਾ ਤਾਂਸੂ ਕਰੈਕਟਰ ਹੈਗਾ ਕੋਈ ਕਹ ਦੋ ਲਗ ਤਰੀਕੇ ਨਾਲ ਡਾਇਲੌਗ ਤੇ ਸਾਰੇ ਸਾਡੇ ਦੋਨਾਂ ਦੀ ਇੱਕੋ ਦੱਸਦੀ ਹੈ ਸਾਡੇ ਤੋਂ ਐਕਸ਼ਨ ਜਿੰਨਾ ਮਰਜ਼ੀ ਕਰਾ ਲੈ ਰੋਮਾਂਸ ਸਾਨੂੰ ਨਹੀਂ ਆਉਂਦਾ ਦੁੱਖ ਕਰਾਇਆ ਸਾਤੋਰ ਮਾਸਸੀ ਤਾਂ ਹੀ ਉਹ ਕਰੈਕਟਰ ਹੀ ਇਦਾਂ ਦੇ ਨੇ ਜਿਹੜੇ ਐਕਸ਼ਨ ਰੋਮਾਂਸ ਵੀ ਐਕਸ਼ਨ ਚ ਹੀ ਕਰ ਰਹੇ ਨੇਗੇ ਤਾਂ ਤੁਸੀਂ ਉਹ ਦੇਖਿਓ ਸਕਰੀਨ ਤੇ ਅੱਛਾ ਲੱਗੂਗਾ ਤੁਹਾਨੂੰ ਦਾ ਬੈਸਟ ਐਕਸਪੀਰੀਅੰਸ ਪੰਜਾਬੀ ਇੰਡਸਟਰੀ ਸੇ ਡੈਬਿਊ ਕੀਤਾ ਸੀ ਦੂਰ ਨਾ ਜਾਈ ਫਿਰ ਉਸ ਤੋਂ ਬਾਅਦ ਬੈਕ ਟੂ ਯਾਰ ਪਰਦੇਸੀ ਰੁਪਿੰਦਰ ਗਾਂਧੀ 2 ਦਨ ਪ੍ਰਾਉਣਾ ਤਨ ਹੁਣ ਆ ਫਿਲਮ ਕੀ ਕਰਨਾ ਚਾਹੋ ਦੇਖੋ ਉਹੀ ਗੱਲ ਹੈ ਹਰ ਪ੍ਰੋਜੈਕਟ ਕਿਹੜੀ ਫਿਲਮ ਨੂੰ ਮੰਨਦੇ ਹੋ ਜਿੰਨੀ ਵੀ ਫਿਲਮਾਂ ਕੀਤੀਆਂ ਹੁੰਦੀਆਂ ਮੇਰਾ ਡ੍ਰੀਮ ਪ੍ਰੋਜੈਕਟ ਹੈ ਉੱਚਾ ਪਿੰਡ ਹੈ ਜੀ ਇਹ ਮੇਰਾ ਕਿਉਂਕਿ ਇਹਦੇ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਾਡੀ ਸਾਰੀ ਟੀਮ ਨੇ ਤਾਂ ਮੈਨੂੰ ਆਸ ਵੀ ਹੈ ਇਸ ਫਿਲਮ ਤੋਂ ਸਾਨੂੰ ਬਹੁਤ ਜ਼ਿਆਦਾ ਗੀ ਕਿ ਤੁਸੀਂ ਟ੍ਰੇਲਰ ਦੇਖਿਆ ਤੁਹਾਨੂੰ ਪਸੰਦ ਵੀ ਆਏਗਾ ਤੇ ਦਰਸ਼ਕ ਵੀ ਪਸੰਦ ਵੀ ਕਰ ਰਹੇ ਨੇ ਇਹ ਹੀ ਮੇਰਾ ਡ੍ਰੀਮ ਪ੍ਰੋਜੈਕਟ ਹੈ ਕੀ ਐਕਸਪੈਕਟ ਕਰਦੇ ਹੋ ਫਿਲਮ ਤੋਂ ਅਸੀਂ ਇਹੀ ਜਾਣਿਆ ਕਿ ਜੋ ਆਡੀਅנס ਨੂੰ ਅਸੀਂ ਹਮੇਸ਼ਾ ਇਹੀ ਚੀਜ਼ ਕਹਿੰਨੇ ਆ ਕਿ ਜਿੱਦਾਂ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਤੁਸੀਂ ਇੱਕ ਵਾਰੀ ਫਿਲਮ ਜ਼ਰੂਰ ਦੇਖੋ ਕਿਉਂਕਿ ਇਹਦੇ ਨਾਲ ਸਾਡੀ ਤਾਂ ਹੌਸਲਾ ਫੁਜਾਈ ਹੋਊਗੀ ਹੋਊਗੀ ਔਰ ਉਹਨਾਂ ਆਰਟਿਸਟਾਂ ਨੂੰ ਵੀ ਇੱਕ ਮੋਟਿਵ ਮਿਲੇਗਾ ਕਿ ਉਹ ਵੀ ਅਗਿਆਨਕੀ ਕੰਮ ਕਰ ਸਕਣ ਜੋ ਹਜੇ ਸਟਰਨਲ ਕਰ ਰਹੇ ਨੇ ਔਰ ਹਮੇਸ਼ਾ ਹੀ ਅਸੀਂ ਨਵੇਂ ਇੰਟਰਟੇਨ ਕਿਉਂਕਿ ਅਸੀਂ ਆਰਟ ਨੂੰ ਦੋਨੇ ਜਣੇ ਪਿਆਰ ਕਰਦੇ ਆਂ ਔਰ ਆਰਟ ਹਮੇਸ਼ਾ ਅਸੀਂ ਅੱਗੇ ਲੈ ਕੇ ਜਾਂਦਾ ਤੇ ਇਹ ਵੀ ਸਾਡੀ ਇੱਕ ਆਰਟ ਮੂਵੀ ਦੀ ਇੱਕ ਹਿੱਸਾ ਹੀ ਆ ਸੋ ਲੋਕੇ ਫਿਲਮ ਦੀ ਗੱਲ ਕਰ ਰਹੀਆਂ ਰਖੜੀ ਆ ਰਹੀ ਹੈ ਸੰਡੇ ਨੂੰ ਕੀ ਕਿਦਾਂ ਪਲਾਨ ਕਰ ਰਹੇ ਹੋ ਕਿਦਾਂ ਮਨਾ ਰਖੜੀ ਨਹੀਂ ਮੈ ਬਣਾਣੀ ਹੈ ਤੁਹਾਨੂੰ ਇਹਨਾ ਤੁਹਾਨੂੰ ਰਖੜੀ ਆ ਰਹੀ ਹੈ ਹਾਂ ਰਖੜੀ ਆ ਰਹੀ ਹੈ ਜੇ ਦੇਖੋ ਸਾਰੇ ਜੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਰੱਖੜੀ ਬੰਧਨ ਦੀਆਂ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸਭ ਤੋਂ ਵੱਧ ਚਾ ਮਨ ਲੱਗਦਾ ਰਖੜੀ ਤੇ ਭੈਣ ਨੂੰ ਹੁੰਦਾ ਹੈਗਾ ਅ ਵੀ ਉਹ ਆਪਣੇ ਭਰਾ ਨੂੰ ਰਖੜੀ ਬੰਨੂਗੀ ਤੇ ਉਹ ਇਕੱਠੇ ਹੋਣਗੇ ਹਾਲਾਂਕਿ ਭੈਣ ਭਰਾਵਾਂ ਦੀ ਬੰਦੀ ਘੱਟੀ ਹੁੰਦੀ ਹੈ ਲੜਾਈ ਬਹੁਤ ਕਰਦੇ ਨੇ ਚਾਹੇ ਉਹ ਟੀਵੀ ਪਿੱਛੇ ਲੜਨਾ ਹੋਵੇ ਕਿਸੇ ਵੀ ਚੀਜ਼ ਪਿੱਛੇ ਹੋਵੇ ਕੋਈ ਯਾਦ ਜੁੜੀ ਉਸ ਤੇ ਤਿਉਹਾਰ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਜੀ ਅ ਅਸੀਂ ਤਾਂ ਤਦੋਂ ਤੁਸੀਂ ਟੀਵੀ ਟੀਵੀ ਹਾਂ ਟੀਵੀ ਤੇ ਰੂਰਤ ਫਿਰ ਕੋਪਰੇਟ ਤੁਸੀਂ ਕਿੰਨੀ ਟੀਵੀ ਟੀਵੀ ਤੇ ਰਿਮੋਟ ਪਿੱਛੇ ਤੁਸੀਂ ਬਹੁਤ ਲੈਣਾ ਕਿ ਮੈਂ ਮੇਰੀ ਭੈਣ ਨਾਲ ਬਹੁਤ ਜਿਆਦਾ ਲੜਿਆ ਸੀ ਤੇ ਉਹਨੇ ਲੁਕੋ ਦੇਣਾ ਕਦੇ ਮੈਂ ਲੁਕੋ ਦੇਣਾ ਅਸੀਂ ਬਾਲਵਾਲੀ ਹੋ ਜਾਂਦੀ ਪੱਤ ਦੇ ਇੱਕ ਦੂਜੇ ਦੇ ਬਹੁਤ ਜਿਆਦਾ ਜੁੜੀਆਂ ਗਏ ਪਰ ਰਖੜੀ ਵਾਲੇ ਦਿਨ ਆ ਕੇ ਹਿੰਮਤ ਹੈ ਕਿ ਜਸਵੰਤ ਨਵਦੀਪ ਔਨ ਕੈਮਰਾ ਨਹੀਂ ਨਹੀਂ ਬਿਲਕੁਲ ਕਿਉਂਕਿ ਇਹ ਮੈਨੂੰ ਲੱਗਦਾ ਹਰ ਭਰਾ ਦੀ ਹਰ ਭੈਣ ਦੀ ਕਹਾਣੀ ਹੈਗੀ ਤੇ ਪਰ ਜਦੋਂ ਰਖੜੀ ਆਉਂਦੀ ਹੈਗੀ ਤਾਂ ਉਦੋਂ ਉਹ ਜਿਹੜਾ ਸਾਡੀਆਂ ਛਤਰਾਰਤਾਂ ਕੀਤੀਆਂ ਨੇ ਤਾਂ ਹੁਣ ਅੱਜ ਯਾਦ ਕਰਦੇ ਹਾਂ ਤਾਂ ਬਹੁਤ ਚੰਗਾ ਲੱਗਦਾ ਹੈ ਕਿ ਉਹਨੂੰ ਬਹੁਤ ਪਿਆਰ ਕਰਦੇ ਨੇ ਮੇਰੇ ਲਈ ਹਰ ਵਕਤ ਦੁਆ ਕਰਦੇ ਨੇ ਤੇ ਅੱਜ ਵੀ ਉਹਨਾਂ ਦਾ ਫੋਨ ਆਇਆ ਸੀ ਕਹੇ ਸੀ ਕਿ ਗੁੱਡ ਲੱਕ ਟ੍ਰੇਲਰ ਲਈ ਤਾਂ ਇਹ ਮੈਨੂੰ ਲੱਗਦਾ ਰਖੜੀ ਦਾ ਜਿਹੜਾ ਤਿਹਾਰਾ ਤੇ ਬਨਪਰਾ ਵਾਲੀ ਬਹੁਤ ਹੀ ਜ਼ਿਆਦਾ ਖਾਸ ਹੈ ਪੂਨਮ ਤੁਸੀਂ ਕੀ ਕਹਿਣਾ ਚਾਹੋਗੇ ਰਖੜੀ ਇੱਕ ਇਹੋ ਜਿਹਾ ਤਿਹਾਰਾ ਜਿੰਨੂੰ ਮੈਨੂੰ ਲੱਗਦਾ ਕੁੜੀ ਜਦੋਂ ਵਿਆਹ ਹੀ ਜਾਂਦੀ ਹੈ ਨਾ ਸੋਹਰੇ ਜਾ ਕੇ ਸਭ ਤੋਂ ਜ਼ਿਆਦਾ ਮਿਸ ਰਖੜੀ ਤੇ ਤਿਹਾਰ ਨੂੰ ਕਰਦੀ ਆ ਕਿਉਂਕਿ ਜਿਹੜੀਆਂ ਬਚਪਨ ਦੀਆਂ ਯਾਦਾਂ ਹੁੰਦੀਆਂ ਹਮੇਸ਼ਾ ਲੜਨਾ ਝਗੜਨਾ ਫਿਰ ਜਦੋਂ ਉਹਨੂੰ ਕਦੀ ਤਕਲੀਫ ਆਉਂਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਉਹਨੂੰ ਆਪਣਾ ਭਰਾ ਚੇਤੇ ਆਉਂਦਾ ਸੋ ਇਹਦੀ ਅਹਿਮੀਅਤ ਆ ਉਹਨੂੰ ਹਮੇਸ਼ਾ ਲੱਗਦਾ ਕਿ ਉਹਦਾ ਭਰਾ ਹਮੇਸ਼ਾ ਉਹਨੂੰ ਪ੍ਰੋਟੈਕਟ ਕਰੂਗਾ ਹਮੇਸ਼ਾ ਉਹਦੇ ਲਈ ਖੜਾ ਹੋਊਗਾ ਉਹ ਆਪਣੇ ਬਾਪ ਤੋਂ ਪਹਿਲਾਂ ਆਪਣੇ ਭਰਾ ਨੂੰ ਸਾਰੀਆਂ ਚੀਜ਼ਾਂ ਡਿਸਕਸ ਕਰਦੀ ਹੈ ਕਿ ਮੇਰੇ ਨਾਲ ਆਹ ਪ੍ਰੋਬਲਮਸ ਹੋ ਰਹੀਆਂ ਤਾਂ ਮੈਨੂੰ ਲੱਗਦਾ ਹੈ ਕਿ ਰਖੜੀ ਇੱਕ ਸਿਰਫ ਇੱਕ ਤਿਹਾਰੀ ਨਹੀਂ ਕਹਿ ਸਕਦੇ ਇੱਕ ਬੰਦਨ ਆ ਜਿਹਨੂੰ ਬੰਨਿਆ ਜਾਂਦਾ ਕਿਉਂਕਿ ਅੱਜਕੱਲ ਦੇਖਿਆ ਜਾਵੇ ਕਿ ਜਿਹੜੇ ਛੋਟੇ ਛੋਟੇ ਰਿਸ਼ਤੇ ਨੇ ਉਹ ਕਿਤੇ ਨਾ ਕਿਤੇ ਦੂਰ ਚਲੇ ਗਏ ਸੀ ਪਰ ਕੋਰੋਨਾ ਦੀ ਵਜ੍ਹਾ ਨਾਲ ਕੁਝ ਚੀਜ਼ਾਂ ਇਕੱਠੀਆਂ ਵੀ ਹੋਈਆਂ ਨੇ ਜੋ ਅਸੀਂ ਐਂਟਰਟੇਨਮੈਂਟ ਸਾਰਾ ਜਿੱਦਾਂ ਅਸੀਂ ਖੇਲਣ ਚਲੇ ਜਾਣਾ ਜਾਂ ਬਾਹਰ ਨਿਕਲੇ ਰਹਿਣਾ ਕੋਰੋਨਾ ਨੇ ਜਿਹੜੇ ਰਿਸ਼ਤੇ ਇਕੱਠੇ ਕੀਤੇ ਨੇ ਉਹਦਾ ਹੁਣ ਵੀ ਬਹੁਤ ਫਰਕ ਪਿਆ ਇੰਡਸਟਰੀ ਤੇ ਆਡੀਅன்ஸ் ਨੂੰ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਮੂਵੀ ਵਾਰੀ ਤਾਂ ਹੀ ਕਹਾਂਗੇ ਜਿਹੜੀ ਆਪਣੀ ਤੇਜ ਪੰਜਾਬ న్యూਸ ਵਾਲ ਨੇ ਇਹਨਾਂ ਵਗੂ ਤੇਜੀ ਤੇਜੀ ਨੇ ਤਿੰਨ ਸੱਤਵੰਦ ਨੂੰ ਫਿਲਮ ਜ਼ਰੂਰ ਦੇਖ ਕੇ ਆਇਓ ਤੇਜ ਹੋ ਜਿਓ ਤੇਜ ਤੇ ਜਾ ਕੇ ਜ਼ਰੂਰ ਦੇਖਣੇ ਦੋ ਤਿੰਨ ਵਾਰੀ ਦੇਖ ਲਿਓ ਬਹੁਤ ਚੰਗਾ ਲੱਗੂ ਸਾਨੂੰ ਥੈਂਕ ਯੂ ਕਿਉਂਕਿ ਸਾਨੂੰ ਆਪ ਪਤਾ ਤੁਸੀਂ ਇੱਕ ਵਾਰੀ ਦੇਖੋਗੇ ਫਿਰ ਤੁਸੀਂ ਬਾਰ ਬਾਰ ਆ ਜਾਓਗੇ ਥੈਂਕ ਯੂ ਜੀ